ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਇਹ ਤੜਕਸਾਰ ਲੱਗੀ ਹੋਈ ਅੱਗ ਆ ਇਹਨਾਂ ਬਹੁਤ ਭਾਰੀ ਨੁਕਸਾਨ ਹੋਇਆ। ਕੋਰ ਕਰਨ ਵਾਲੀ ਗੱਲ ਹੈ ਕਿ ਇਤਿਹਾਸਿਕ ਸ਼ਹਿਰ ਹੋਣ ਦੇ ਬਾਵਜੂਦ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਨਾ ਹੋਣਾ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਬਿਆਨ ਕਰਦਾ ਹੈ, ਪਰ ਪ੍ਰਸ਼ਾਸਨ ਦੀ ਅਣਗਹਿਲੀ ਨੇ ਕਿੰਨੇ ਹੀ ਲੋਕਾਂ ਦੀ ਰੋਜ਼ੀ ਰੋਟੀ ਤੇ ਲੱਤ ਮਾਰ ਕੇ ਰੱਖ ਦਿੱਤੀ। ਦੇਖੋ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਇਹ ਤੜਕਸਾਰ ਲੱਗੀ ਹੋਈ ਅੱਗ ਆ ਇਹਨਾਂ ਬਹੁਤ ਭਾਰੀ ਨੁਕਸਾਨ ਹੋਇਆ। ਬੜੀ ਗਰੀਬ ਜਨਤਾ ਸੀ ਜਿਨ੍ਹਾਂ ਨੇ ਇਹ ਜਿਹੜੀਆਂ ਦੁਕਾਨਾਂ ਨੇ ਲਈਆਂ ਹੋਈਆਂ ਸੀ, ਔਰ ਤਖ਼ਤ ਸਾਹਿਬ ਦਾ ਜਿਹੜਾ ਇਹ ਠੇਕਾ ਸੀ ਉਸ ਠੇਕੇ ਦੇ ਦੁਕਾਨਾਂ ਸਨ। ਇਹ ਠੇਕਾ ਵੀ ਜੇ ਮੈਂ ਸਹੀ ਗੱਲ ਦੱਸਾਂ ਤਾਂ ਉਹ ਸਾਡੇ ਕੋਲ ਹੀ ਸੀ ਇਸ ਟਾਈਮ 'ਤੇ। ਔਰ ਜਿਹੜੀ ਇਹ ਅੱਗ ਹੈ ਇਹ ਦੂਸਰੀ ਮਾਰਕੀਟ ਜਿਹੜੀ ਦੂਸਰੀ ਸਾਈਡ 'ਤੇ ਮਾਰਕੀਟ ਹੈਗੀ ਸ਼ਹਿਰ ਦੀ ਮਾਰਕੀਟ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸੀ ਸਰਕਾਰੀ ਅਜਾਇਬ ਘਰ ਦੇ ਨਾਲ। ਉੱਥੋਂ ਇਹ ਕੋਈ ਸਰਕਟ ਦੀ ਵਜ੍ਹਾ ਦੱਸਦੇ ਨੇ ਕਿ ਸਰਕਟ ਦੀ ਵਜ੍ਹਾ ਕਾਰਨ ਜਿਹੜਾ ਇਹ ਸਟਾਰਟ ਹੋਈ, ਔਰ ਉੱਥੇ ਦੁਕਾਨ ਇੱਕ ਆ ਜਿਹੜੀ ਜਿੱਥੋਂ ਸਿਲੰਡਰ ਫਟਿਆ, ਔਰ ਸਿਲੰਡਰ ਫਟਣ ਤੋਂ ਬਾਅਦ ਜਿਹੜੀ ਉਰਲੀ ਮਾਰਕੀਟ ਨੂੰ ਅੱਗ ਲੱਗੀ, ਇਹਦੇ ਨਾਲ ਬਹੁਤ ਭਾਰੀ ਨੁਕਸਾਨ ਹੋਇਆ। ਇਹਦੇ ਵਿੱਚ ਜਿਹੜੇ ਨੇ ਕੁਝ ਜਿਹੜੇ ਲੋਕ ਸਨ ਉਹ ਵੀ ਸੁੱਤੇ ਹੋਏ ਸਨ। ਚਲੋ ਉਹ ਧਮਾਕਿਆਂ ਦੇ ਕਾਰਨ ਉੱਠੇ, ਲੋਕਾਂ ਨੇ ਰੌਲਾ ਪਾ ਕੇ ਸੰਗਤ ਨੇ ਉਠਾਇਆ, ਔਰ ਉੱਠਣ ਦੇ ਕਰਕੇ ਜਿਹੜੀ ਜਾਨੀ ਨੁਕਸਾਨ ਉਹ ਹੋਣ ਤੋਂ ਬਚ ਗਿਆ, ਪਰ ਮਾਲੀ ਨੁਕਸਾਨ ਬਹੁਤ ਹੀ ਜ਼ਿਆਦਾ ਹੋਇਆ। ਜੀ ਸਾਡਾ ਬਹੁਤ ਵੱਡੇ ਨੁਕਸਾਨ ਹੋਇਆ, ਕਿਉਂਕਿ ਇਹ ਸਾਹਮਣੇ ਨਜ਼ਰ ਮਾਰ ਸਕਦੇ ਹੋ ਤੁਸੀਂ ਕਿ ਦੋ ਟਿੱਪਰ ਜਿਹੜੇ ਖੜ੍ਹੇ ਹੋਏ ਸੀ, ਤਾਂ ਅਸੀਂ ਇੱਥੇ ਹੀ ਟਿੱਪਰ ਖੜ੍ਹੇ ਕੀਤੇ ਹੋਏ ਸੀ, ਅਤੇ ਇਹਨਾਂ ਦੇ ਵਿੱਚੋਂ ਜੇ ਸੱਚ ਗੱਲ ਦੱਸਾਂ ਤਾਂ ਇੱਕ ਟਿੱਪਰ ਦਾ ਕੱਲ੍ਹ ਹੀ ਸੇਲ ਕੀਤਾ ਸੀ ਜਿਹੜਾ ਕਿ ਅੱਜ ਸਵੇਰੇ ਉਹਨਾਂ ਨੇ ਲੈ ਕੇ ਜਾਣਾ ਸੀ, ਪਰ ਜੋ ਵੀ ਪਰਮਾਤਮਾ ਨੂੰ ਮਨਜ਼ੂਰ ਕਿ ਇਹ ਦੋਨੋਂ ਟਿੱਪਰ ਵੀ ਸੜ ਕੇ ਸਵਾਹ ਹੋ ਗਏ। ਜੀ ਫਾਇਰ ਬ੍ਰਿਗੇਡ ਲਈ ਤਾਂ ਅਸੀਂ ਪਿਛਲੇ ਕਈ ਸਾਲਾਂ ਤੋਂ ਮੰਗ ਕਰ ਰਹੇ ਹਾਂ। ਪਿੱਛੇ ਜਿਹੜੀ ਮਾਰਕੀਟ ਦੇ ਵਿੱਚ ਅੱਗ ਲੱਗੀ ਸੀ ਇੱਥੇ ਹੀ ਭਗਤ ਰਵਿਦਾਸ ਚੌਂਕ ਦੇ ਵਿੱਚ ਜਦੋਂ ਅੱਗ ਲੱਗੀ ਸੀ ਉਸ ਟਾਈਮ 'ਤੇ ਵੀ ਅਸੀਂ SDM ਦੇ ਮੈਮੋਰੈਂਡਮ ਦੇ ਕੇ ਆਏ ਸੀ ਕਿ ਸਾਡੇ ਸ਼ਹਿਰ ਨੂੰ ਜਿਹੜਾ ਇਹ ਫਾਇਰ ਬ੍ਰਿਗੇਡ ਦਿੱਤਾ ਜਾਵੇ। ਉਸ ਤੋਂ ਬਾਅਦ ਜਿਹੜੀ ਅੱਗ ਬੱਸ ਸਟੈਂਡ ਦੇ ਕੋਲ ਇੱਥੇ ਸਾਹਮਣੇ ਕੇਸਗੜ੍ਹ ਸਾਹਿਬ ਦੇ ਜਿਹੜੀ ਰੋਡ ਜਾਂਦੀ ਆ ਕਾਲੀਆ ਸਵੀਟ ਸ਼ੌਪ ਆ, ਇੱਧਰ ਵੀ ਅੱਗ ਲੱਗੀ ਸੀ। ਉਸ ਟਾਈਮ 'ਤੇ ਵੀ ਅਸੀਂ ਮੰਗ ਕੀਤੀ ਕਿ ਫਾਇਰ ਬ੍ਰਿਗੇਡ ਦਿੱਤਾ ਜਾਵੇ, ਪਰ ਕਦੇ ਵੀ ਸੁਣੀ ਨਹੀਂ ਜਾਂਦੀ। ਸ਼ਾਇਦ ਜਿਸ ਟਾਈਮ 'ਤੇ ਅਸੀਂ SDM ਕੋਲ ਇਹ ਮੰਗ ਕਰਦੇ ਹਾਂ ਉਹ ਸਾਡੀ ਜਿਹੜੀ ਲੈਟਰ ਹੁੰਦੀ ਆ SDM ਦੇ ਜਿਹੜੇ ਸ਼ਾਇਦ ਡਸਟਬਿਨ ਦੇ ਵਿੱਚ ਹੀ ਪੈ ਜਾਂਦੀ ਹੈ। ਮੈਂ ਤਾਂ ਇਹੀ ਕਹਾਂਗੀ, ਕਿਉਂਕਿ ਸਾਡਾ ਐਡਾ ਵੱਡਾ ਇਤਿਹਾਸਿਕ ਸ਼ਹਿਰ ਹੈ, ਔਰ ਇਤਿਹਾਸਿਕ ਸ਼ਹਿਰ ਹੋਣ ਦੇ ਨਾਲ ਸਾਡੇ ਤਖ਼ਤ ਸਾਹਿਬ ਨੇ, ਤਖ਼ਤ ਸਾਹਿਬ 'ਤੇ ਕੋਈ ਵੀ ਨੁਕਸਾਨ ਹੋ ਸਕਦਾ ਸੀ। ਸਾਨੂੰ ਫਾਇਰ ਬ੍ਰਿਗੇਡ ਦੋ ਚਾਹੀਦੇ ਨੇ, ਇੱਕ ਨਹੀਂ, ਇੱਥੇ ਵਿਰਾਸਤ ਏ ਖਾਲਸਾ ਹੈ, ਇੱਥੇ ਇੰਨੀ ਪਬਲਿਕ ਗਰੀਬ ਜਨਤਾ ਰਹਿੰਦੀ ਆ, ਫਿਰ ਵੀ ਕਦੇ ਵੀ ਸਾਡੀ ਨਹੀਂ ਸੁਣੀ ਗਈ। ਫਾਇਰ ਬ੍ਰਿਗੇਡ ਦੀ ਅਸੀਂ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ, ਪਰ ਸਾਡੀ ਕਦੇ ਨਹੀਂ ਪੂਰੀ ਕੀਤੀ। ਜਿਹੜਾ ਇਹ ਠੇਕਾ ਹੈ ਉਹਦੇ ਲਈ ਠੇਕੇਦਾਰਾਂ ਨੂੰ ਜਿਹੜਾ ਹੈ ਉਹ ਉਹਦੇ ਵਿੱਚ ਡਿਸਕਾਊਂਟ ਦਿੱਤਾ ਜਾਵੇ, ਮਾਫ਼ ਕੀਤਾ ਜਾਵੇ, ਤਾਂ ਕਿ ਜਿਹੜੀਆਂ ਇਹ ਦੁਕਾਨਾਂ ਵਾਲੇ ਦੁਕਾਨਦਾਰ ਨੇ ਉਹ ਗਰੀਬ ਨੇ, ਉਹਨਾਂ ਨੂੰ ਵੀ ਅਗਾਂਹ ਜਿਹੜਾ ਇਹ ਉਹ ਥੋੜ੍ਹਾ ਬਹੁਤਾ ਉੱਠ ਸਕਣ, ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਬਿਲਕੁਲ ਖਤਮ ਹੋ ਗਈ ਹੈ। ਜੇਕਰ ਠੇਕੇਦਾਰ ਨੂੰ ਠੇਕਾ ਮਾਫ਼ ਕੀਤਾ ਜਾਵੇਗਾ ਤਾਂ ਹੀ ਜਿਹੜਾ ਇਹ ਦੁਕਾਨਾਂ ਵਾਲਿਆਂ ਦਾ ਜਿਹੜਾ ਕਿਰਾਇਆ ਉਹ ਮਾਫ਼ ਹੋ ਸਕਦਾ, ਕਿਉਂਕਿ ਹੁਣ ਇਸ ਟਾਈਮ 'ਤੇ ਜੇ ਸੋਚਿਆ ਜਾਵੇ ਤਾਂ ਉਹਨਾਂ ਦੀ ਰੋਜ਼ੀ ਰੋਟੀ ਤਾਂ ਬਿਲਕੁਲ ਖੁੱਸ ਚੁੱਕੀ ਹੈ। ਪੁਲਿਸ ਨੂੰ ਵੀ ਫੋਨ ਕੀਤਾ, ਪੁਲਿਸ ਉਸੇ ਟਾਈਮ ਹੈਗੀ, ਪ੍ਰਸ਼ਾਸਨ ਜਿਹੜਾ ਬਹੁਤ ਲੇਟ ਆਇਆ, ਲਗਭਗ 1 ਘੰਟਾ 10 ਮਿੰਟ ਬਾਅਦ ਆਇਆ। ਤੁਹਾਡਾ ਲਗਭਗ 18 ਤੋਂ 20 ਲੱਖ ਰੁਪਏ ਦਾ ਜਿਹੜਾ ਇਕੱਲਾ ਮਾਲ ਮਾਲ ਦਾ ਨੁਕਸਾਨ ਹੋਇਆ ਬਾਰਦਾਨੇ ਨੂੰ ਛੱਡ ਕੇ, ਮੇਰੀ ਦੁਕਾਨ ਦਾ ਬਾਕੀ ਦੁਕਾਨਾਂ ਨੇ ਕਰੋਨਾ ਪਲੱਸ ਹੈ ਜੀ, ਕਰੋਨਾ ਪਲੱਸ ਸਾਡੀ ਦੁਕਾਨ ਦੇ ਕਿਰਾਏ ਹੀ ਬਹੁਤ ਜ਼ਿਆਦਾ ਹੈਗੇ ਆ। ਕਿੰਨਾ ਕਿਰਾਇਆ ਕਿੰਨਾ ਦਿੰਦੇ ਤੁਸੀਂ? 30 ਲੱਖ ਰੁਪਏ ਸਾਲ ਦਾ। ਹਾਂਜੀ, ਸਲਾਨਾ ਠੇਕਾ ਜੀ। 29 ਕਰੋੜ ਆਇਆ ਸੀ ਬਿਊਟੀਫਾਈ ਵਾਸਤੇ, ਉਹ ਕਿੱਥੇ ਗਿਆ ਉਹਦਾ ਜਵਾਬ ਦੇ ਦਿਓ। ਉਹ ਸਾਡੀ ਫੈਸਿਲਿਟੀ ਵਾਸਤੇ ਆਇਆ ਸੀਗਾ, ਉਹਦਾ ਕੋਈ ਸਾਡੇ ਕੋਲ ਹੱਲ ਹੈ ਨਹੀਂਗਾ, ਨਾ ਸਾਨੂੰ ਉਹਦਾ ਪਤਾ ਲੱਗਿਆ ਕਿੱਥੇ ਆ ਉਹ। ਇਹ ਪ੍ਰਸ਼ਾਸਨ ਤੇ SP ਜੋ ਵੀ ਤੁਸੀਂ ਕਹਿੰਦੇ ਹੋ ਮੰਗਣਾ ਸਾਡਾ ਹੱਕ ਹੈ, ਦੇਣਾ ਉਹਨਾਂ ਦਾ। ਹੁਣ ਇਹ ਜੇ
ਸਾਡੇ ਮੁਤਾਬਕ ਦੇਣਗੇ, ਅਸੀਂ ਲਵਾਂਗੇ ਨਹੀਂ ਤਾਂ ਅਸੀਂ ਨਹੀਂ ਲੈਣਾ ਉਹਨਾਂ ਤੋਂ। ਜੇ ਕਹਿਣਗੇ ਲੱਖ ਲੱਖ ਰੁਪਇਆ ਲੈ ਲਓ ਤਾਂ ਫਿਰ ਉਹਨੂੰ ਅਸੀਂ ਇਹੀ ਬਿਆਨ ਦੇਵਾਂਗੇ ਉਹਨੂੰ ਵਾਪਸ ਰੱਖ ਲਓ, ਇਹ ਵੀ ਦਾਨ ਪੇਟੀ ਤੁਸੀਂ ਪਾ ਦਾਂਗੇ। ਤੁਸੀਂ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪੰਜਾਬ ਦਾ ਨੰਬਰ 1 ਦੁਬਈ ਗਲੋਬਲ ਅਚੀਵਰ ਅਵਾਰਡ ਪ੍ਰਾਪਤ 1991 ਵਿੱਚ ਸਥਾਪਿਤ ਹੋਈ ਪਟਿਆਲਾ ਦੀ ਸਵੈ ਰੁਜ਼ਗਾਰ ਪ੍ਰਦਾਨ ਕਰਾਉਣ ਵਾਲੀ ਪਹਿਲੀ ਅਤੇ ਪੁਰਾਣੀ ਸੰਸਥਾ ITMT ਦੇਸ਼ ਭਗਤ ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ ਮਾਡਰਨ ਟੈਕਨੀਕਾਂ ਰਾਹੀਂ ਬਣੀ 5 ਮੰਜ਼ਿਲਾ ਇਹ ਸੰਸਥਾ 10ਵੀਂ ਅਤੇ +2 ਤੋਂ ਬਾਅਦ ਗੌਰਮੈਂਟ ਅਤੇ ISO ਸਰਟੀਫਾਈਡ ਡਿਪਲੋਮੇ OT DMLT ਐਕਸਰੇ ਆਪਥਲਮਿਕ ਅਸਿਸਟੈਂਟ ECG ਫਿਜ਼ੀਓਥੈਰੇਪੀ ਹੁਣ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਵੀ ਕਰ ਸਕਦੇ ਹੋ। ਵਿਦਿਆਰਥੀ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਲਾਈਵ ਪ੍ਰੋਜੈਕਟਰ ਸਲਾਈਡ ਪ੍ਰੋਜੈਕਟਰ ਓਵਰਹੈਡ ਪ੍ਰੋਜੈਕਟਰ DMLT ਕੋਰਸਾਂ ਲਈ ਮੈਨੂਅਲ ਅਤੇ ਕੰਪਿਊਟਰਾਈਜ਼ਡ ਲੈਬ ਆਪਰੇਸ਼ਨ ਥੀਏਟਰ ਐਕਸਰੇ ਪਲਾਂਟ ECG ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਹੋਸਟਲ ਅਤੇ ਖਾਣੇ ਦਾ ਖਾਸ ਪ੍ਰਬੰਧ। ਤੁਸੀਂ ਵੀ ਆਪਣੇ ਬੱਚਿਆਂ ਦਾ ਫਿਊਚਰ ਸੰਭਾਲਣਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਇੱਕ ਵਾਰ ਆ ਕੇ ਜ਼ਰੂਰ ਵੇਖੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਮੇਨ ਰੋਡ ਫੈਕਟਰੀ ਏਰੀਆ ਨੇੜੇ ਸ਼ਿਵ ਮੰਦਿਰ ਪਟਿਆਲਾ 0175218101567 90567 90062 90022 www.gurunanakinstitute.com